ਮੈਨੂੰ 2 ਕਿਲੋ ਆਟਾ ਤੇ 1 ਕਿਲੋ ਖੰਡ ਦੇ ਦੋ। ਤੂੰ ਵੀ ਕੁਝ ਲੈਣਾ ਦੱਸ ਦੇ ਤੂੰ। ਓਏ ਇੱਕ ਬਿਸਕੁਟ ਦੇ ਵੇ। ਭੈਣ ਜੀ ਸਮਾਨ ਤਾਂ ਮੈਂ ਦੇ ਦਿੰਨਾ ਆ ਪਰ ਬੱਚੇ ਨੂੰ ਥੋੜੀ ਅਕਲ ਸਿਖਾਓ। ਬੋਲਦਾ ਕਿੱਦਾਂ ਇਹ ਓਏ ਕੀ ਹੁੰਦਾ? ਓਏ ਬਦਤਮੀਜ਼ ਆ ਓਏ ਕੀ ਹੁੰਦਾ ਪਹਿਲੇ ਮੈਨੂੰ ਦੱਸੀ। ਜਿੱਥੇ ਜਾਣਾ ਮੇਰੀ ਨੱਕ ਕਟਾਉਂਦਾ, ਕਿੱਥੇ ਦਾ ਬਖਸ਼ ਦਿਆ ਕਰ ਮੈਨੂੰ। ਇੰਨੇ ਵੱਡੇ ਸਕੂਲ ਤੈਨੂੰ ਪਾਇਆ ਪਹਿਲੀ ਗੱਲ ਅਸੀਂ, ਠੀਕ ਹੈ 15000 ਤੇਰੀ ਫੀਸ ਦਿੰਨੇ ਆ, ਫੇਰ ਵੀ ਤੈਨੂੰ ਬੋਲਣ ਦੀ ਅਕਲ ਨਹੀਂ ਹੈ। ਦੇਖੋ ਵੱਡੇ ਨਹੀਂ ਫਿਰ ਤੋਂ ਇੱਦਾਂ ਬੋਲਣਾ ਹੁੰਦਾ ਇਹਨਾਂ ਨਾਲ। ਬੋਲ ਹੁਣ ਉਧਰ ਕੀ ਦੇਖ ਰਿਹਾ? ਬੋਲ ਇੱਦਾਂ ਬੋਲਣਾ ਹੁੰਦਾ? ਫੇਰ ਬੋਲਣ ਦੀ ਤਾਂ ਅਕਲ ਹੁੰਦੀ ਹੈ ਇੱਕ। ਯੋ 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 ਹਲੇ ਵੀ ਸ਼ਰਮ ਨਾਮ ਦੀ ਚੀਜ਼ ਨਹੀਂ ਹੈ ਨਾ, ਹਲੇ ਵੀ ਮੇਰੇ ਵੱਲ ਇੱਦਾਂ ਹੀ ਦੇਖ ਰਿਹਾ ਹੈ। ਦੇਖੋ ਭਾਜੀ ਗੁੱਸਾ ਨਾ ਕਰਿਓ, ਮੈਂ ਸਮਝਾਤਾ ਇਹਨੂੰ। ਹੁਣ ਤੂੰ ਤਮੀਜ਼ ਨਾਲ ਬੋਲਣਾ, ਮੈਂ ਤੈਨੂੰ ਦੱਸਤਾ ਤਮੀਜ਼ ਨਾਲ ਬੋਲੀ। ਹੁਣ ਸੋਰੀ ਵਾਸਤੇ ਅੱਗੇ ਤੋਂ ਨਹੀਂ ਕਰੂੰਗੀ। ਹਾਂ ਠੀਕ ਹੈ, ਤਮੀਜ਼ ਨਾਲ ਬੋਲਣਾ ਲੇਕਿਨ ਹੁਣ। ਠੀਕ ਹੈ ਕੋਈ ਨਹੀਂ ਭੈਣ ਜੀ, ਹੋ ਜਾਂਦਾ ਬੱਚੇ ਆ ਨਾ। ਆ ਹੁਣ ਬੋਲੋ ਕੀ ਕਹਿਣਾ। ਅੰਕਲ ਬਿਸਕੁਟ ਦੇ ਯਾਰ। ਇਹਦੇ ਨਾਲ ਤਾਂ ਓਏ ਨਹੀਂ ਠੀਕ ਸੀਗਾ। ਚੱਲ ਯਾਰ ਕਿਤੋਂ ਹੋਰ ਹੀ ਸਮਾਨ ਲੈ ਲੈਨੇ, ਇਹਨਾਂ ਦੇ ਤਾਂ ਨਖਰੇ ਨਹੀਂ ਮਾਨ ਆਂਦੇ। ਓਏ ਅੰਕਲ ਕੀ ਗੱਲ ਆ, ਬਿਸਕੁਟ ਵੀ ਨਹੀਂ ਦਿੱਤਾ, ਗਾਲਾ ਵੀ ਪਵਾ ਦਿਆ।